ਸਤਿ ਸ਼੍ਰੀ ਅਕਾਲ ਜੀ ਆਪਾਂ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਜੀ ਜਿਹੜੀ ਪੰਜਾਬ ਪੈਨਸ਼ਨ ਸਕੀਮ ਬਾਰੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਜੀ ਬੁੜਾਪਾ ਵਿਧਵਾ ਤੇ ਬਿਕਲਾੰਗ ਇਹ ਤਿੰਨੇ ਪੈਨਸ਼ਨਾਂ ਜੀ ਪਹਿ ਚੁੱਕੀਆਂ ਨੇ ਜੀ ਜੂਨ ਮਹੀਨੇ ਦੀਆਂ ਅੱਜ ਤੋਂ 2 ਦਿਨ ਪਹਿਲਾਂ ਇਹ ਪੈਨਸ਼ਨਾਂ ਪਹਿ ਚੁੱਕੀਆਂ ਨੇ ਜੀ ਹੁਣ ਇਹ ਪੈਨਸ਼ਨ ਪਈ ਕਿੰਨੀ ਹੈ ਤੁਹਾਨੂੰ ਇਹ ਵੀ ਦੱਸਾਂਗੇ ਤੇ ਜਿਨ੍ਹਾਂ ਦੀ ਨਹੀਂ ਆਈ ਉਹ ਇੱਕ ਕੰਮ ਕਰ ਸਕਦੇ ਨੇ ਉਹ ਵੀ ਸੁਣ ਲਿਓ ਮੇਨ ਗੱਲ ਇਹ ਹੈ ਜੀ ਦੇਖੋ 2500 ਆਈ ਹੈ ਜਾਂ 1500 ਦੇਖੋ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਹਲੇ ਭਵਾਨਤਮਾਨ ਨੇ ਕੋਈ ਵੀ ਵੱਡਾ ਐਲਾਨ ਕਰਿਆ ਨਹੀਂ ਹੈ ਜਦੋਂ ਵੀ ਇਹ ਕੋਈ ਵੱਡਾ ਐਲਾਨ ਕਰਨਗੇ ਪੈਨਸ਼ਨ ਬਾਰੇ ਉਦੋਂ ਤੁਹਾਨੂੰ 2500 ਪੈਨਸ਼ਨ ਮਿਲਿਆ ਕਰੇਗੀ ਪਰ ਹਲੇ ਸਿਰਫ 1500 ਹੀ ਪੈਨਸ਼ਨ ਆਈ ਹੈ ਤੇ ਉਸ ਤੋਂ ਬਾਅਦ ਜਿਨ੍ਹਾਂ ਦੀ ਨਹੀਂ ਆਈ ਜੀ ਪੈਨਸ਼ਨ ਉਹਨਾਂ ਨੇ ਕੀ ਕਰਨਾ ਹੈ ਉਹ ਆਪਦੇ ਠੀਕ ਹੈ ਬੈਂਕ ਖਾਤੇ ਜਾ ਕੇ ਚੈੱਕ ਕਰਵਾ ਸਕਦੇ ਨੇ ਕਿਉਂਕਿ ਆਪਾਂ ਘਰੇ ਬੈਠੇ ਕਈ ਵਾਰ ਕਹਿੰਦੇ ਨੇ ਮੈਸੇਜ ਨਹੀਂ ਆਇਆ ਕਈ ਵਾਰ ਮੈਸੇਜ ਨਹੀਂ ਆਉਂਦਾ ਤੁਸੀਂ ਆਪਦੇ ਬੈਂਕ ਅਕਾਊਂਟ ਚੈੱਕ ਕਰਵਾਓ ਤੇ ਉਸ ਤੋਂ ਬਾਅਦ ਜੇ ਫੇਰ ਵੀ ਨਾ ਆਈ ਫਿਰ ਤੁਸੀਂ ਹਫਤੇ ਤੱਕ ਦਾ ਇੰਤਜ਼ਾਰ ਕਰ ਸਕਦੇ ਹੋ ਇੱਕ ਤੋਂ ਦੋ ਦੋ ਜਨਾਂ ਦੇ ਵਿੱਚ ਵਿੱਚ ਤੁਹਾਡੀ ਪੈਨਸ਼ਨ ਹੈ ਜਿਹੜੀ ਤੁਹਾਡੇ ਗਾਉਂ ਦੇ ਵਿੱਚ ਪੈ ਜਾਏਗੀ ਬਾਕੀ ਪੈਨਸ਼ਨ ਸਕੀਮ ਰਿਲੇਟਡ ਹੋਰ ਕੋਈ ਜਾਣਕਾਰੀ ਵਾਸਤੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ